ਸ਼੍ਰੀਕਾਲ ਸਾਰਿਆਂ ਨੂੰ ਮੇਰੇ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਟੇ ਵਾਲੇ ਮੋਮੋਸ ਬਣਾਵਾਂਗੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਟੇਸਟੀ ਮੋਮੋਸ ਬਣੇ ਨੇ। ਤੇ ਚਲੋ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਮੋਮੋਸ ਬਣਾਏ ਦੇ ਆਟੇ ਵਾਲੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸਭ ਤੋਂ ਪਹਿਲਾਂ ਅਸੀਂ ਲਵਾਂਗੇ ਟਮਾਟਰ, ਪਿਆਜ਼ ਤੇ ਲਾਲ ਮਿਰਚ ਸੁੱਕੀ, ਉਹਨਾਂ ਨੂੰ ਉਬਾਲ ਲਵਾਂਗੇ। ਉਬਲਦੇ ਹੋਏ ਪਾਣੀ ਵਿੱਚ ਮੈਂ ਪਾਤਾ ਇਹਨਾਂ ਨੂੰ, 5 ਮਿੰਟ ਤੱਕ ਉਬਾਲਾਂਗੇ। ਅਤੇ ਇੱਧਰ ਮੈਂ ਆਟਾ ਤਿਆਰ ਕਰ ਲੈਂਦੀ ਹਾਂ ਡੋ, ਜਿਹਦੇ ਨਾਲ ਅਸੀਂ ਮੋਮੋਸ ਬਣਾਉਣੇ ਆ। ਇੱਕ ਕੌਲੀ ਮੈਂ ਆਟੇ ਦੀ ਪਾਈ ਹੈ, 1 ਚਮਚ ਮੈਂ ਨੂਣ ਪਾਇਆ ਅਤੇ ਥੋੜ੍ਹਾ ਜਿਹਾ ਮੈਂ ਰਿਫਾਈਨ ਦਾ ਪਾਇਆ 1 ਚਮਚ ਮੰਨ ਕੇ ਚੱਲੋ। ਅਤੇ ਥੋੜ੍ਹਾ ਥੋੜ੍ਹਾ ਪਾਣੀ ਮਿਕਸ ਕਰਕੇ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਉਂਦੇ ਰਹਾਂਗੇ। ਅਤੇ ਬਿਲਕੁਲ ਉਸੇ ਤਰ੍ਹਾਂ ਦਾ ਆਟਾ ਗੁੰਨਣਾ ਜਿਸ ਤਰ੍ਹਾਂ ਅਸੀਂ ਰੋਟੀ ਲਈ ਗੁੰਨਦੇ ਹਾਂ, ਨਾ ਜ਼ਿਆਦਾ ਪਤਲਾ ਗੁੰਨਣਾ ਅਤੇ ਨਾ ਹੀ ਜ਼ਿਆਦਾ ਮੋਟਾ ਗੁੰਨਣਾ। ਜਿਸ ਤਰ੍ਹਾਂ ਅਸੀਂ ਰੋਟੀ ਲਈ ਆਟਾ ਗੁੰਨਦੇ ਹਾਂ ਬਸ ਉੱਦਾਂ ਦਾ ਹੀ ਆਟਾ ਗੁੰਨਣਾ। ਸੌਫਟ ਡੋ ਤਿਆਰ ਕਰਨਾ ਅਸੀਂ ਜਿਸ ਤਰ੍ਹਾਂ ਦਾ ਅਸੀਂ ਰੋਟੀ ਵਾਸਤੇ ਤਿਆਰ ਕਰਦੇ ਹਾਂ। ਦੇਖੋ ਅਸੀਂ ਹੁਣ ਇਹਨੂੰ ਅੱਧੇ ਘੰਟੇ ਵਾਸਤੇ ਰੱਖ ਦਾਂਗੇ। ਅਤੇ ਇੱਧਰ ਮੈਂ ਵੜੀਆਂ ਭਿਉਈਆਂ ਸੀ ਪਾਣੀ ਵਿੱਚ ਅਤੇ ਇਹਨਾਂ ਦਾ ਮੈਂ ਪਾਣੀ ਨਿਚੋੜ ਕੇ ਵੜੀਆਂ ਕੱਢ ਕੇ ਇਹਨਾਂ ਨੂੰ ਬਰੀਕ ਕਰ ਲਿਆ। ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਬਰੀਕ ਕਰ ਲਿਆ ਅਤੇ ਇਹਨੂੰ ਅਸੀਂ ਤੜਕਾ ਲਗਾ ਕੇ ਤਿਆਰ ਕਰਦੇ ਹਾਂ ਮੋਮੋਸ ਵਿੱਚ ਪਾਉਣ ਲਈ। ਥੋੜ੍ਹਾ ਜਿਹਾ ਲਸਣ ਪਾਇਆ ਮੈਂ 2 ਚਮਚ ਤੇਲ ਦੇ ਵਿੱਚ ਅਤੇ ਥੋੜ੍ਹਾ ਜਿਹਾ ਹੀ ਪਿਆਜ਼ ਪਾਇਆ ਮੈਂ ਕੱਟ ਕੇ। ਤੁਹਾਡੀ ਮਰਜ਼ੀ ਹੈ, ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ, ਨਹੀਂ ਤਾਂ ਸਕਿਪ ਕਰ ਦੇਣਾ। ਅਤੇ ਮੈਂ ਬੜੀਆਂ ਜਿਹੜੀਆਂ ਪੀਸੀਆਂ ਸੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਭੁੰਨ ਲਵਾਂਗੇ। ਚਲੋ ਜੀ ਸਾਡਾ ਉਹ ਤਿਆਰ ਹੋ ਗਿਆ ਅਤੇ ਹੁਣ ਅਸੀਂ ਇਹਦੇ ਵਿੱਚ 2 ਚਮਚ ਰਿਫਾਈਨ ਪਾ ਕੇ ਜਿਹੜਾ ਉਹ ਮੈਂ ਉਬਾਲਿਆ ਸੀ ਟਮਾਟਰ, ਪਿਆਜ਼ ਔਰ ਹਰੀ ਮਿਰਚ, ਲਾਲ ਮਿਰਚ, ਉਹ ਮੈਂ ਇਹਦੇ ਵਿੱਚ ਪਾ ਦਿੱਤਾ। ਅਤੇ ਇਹ ਮੈਂ ਥੋੜ੍ਹਾ ਜਿਹਾ ਇਮਲੀ ਦਾ ਰਸ ਪਾ ਰਹੀ ਹਾਂ, ਚਟਨੀ ਬਣਾ ਰਹੇ ਹਾਂ। ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੇ, ਥੋੜ੍ਹਾ ਜਿਹਾ ਨੂਣ ਪਾਵਾਂਗੇ। ਸਾਡੀ ਚਟਨੀ ਵੀ ਬਣ ਕੇ ਤਿਆਰ ਹੋ ਗਈ ਹੈ। ਅਤੇ ਹੁਣ ਅਸੀਂ ਡੋ ਅੱਧਾ ਘੰਟਾ ਰੱਖਿਆ ਸੀ, ਸੈੱਟ ਹੋ ਗਿਆ ਅਤੇ ਹੁਣ ਅਸੀਂ ਇਹਦੇ ਮੋਮੋਸ ਬਣਾਵਾਂਗੇ। ਥੋੜ੍ਹਾ ਜਿਹਾ ਤੇਲ ਲਗਾ ਕੇ ਵੇਲਾਂਗੇ, ਇੰਨਾ ਕੁ ਸਾਈਜ਼ ਲੈਣਾ, 1 ਚਮਚ ਪਾਵਾਂਗੇ ਭਰ ਕੇ। ਤੁਸੀਂ ਕਿਸੇ ਵੀ ਤਰ੍ਹਾਂ ਮੋਮੋਸ ਬਣਾ ਸਕਦੇ ਹੋ, ਮੈਂ ਇਸ ਤਰ੍ਹਾਂ ਦਾ ਬਣਾ ਰਹੀ ਹਾਂ। ਦੇਖ ਲਓ ਮੈਂ ਐਕਚੁਅਲੀ 2-3 ਡਿਜ਼ਾਈਨ ਬਣਾਉਂਗੀ ਇਹਦੇ ਵਿੱਚ, ਤੁਸੀਂ ਦੇਖ ਲੈਣਾ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ। ਬਸ ਇਸੇ ਤਰ੍ਹਾਂ ਸਾਰੇ ਮੋਮੋਸ ਤਿਆਰ ਕਰ ਲਾਂਗੇ ਅਸੀਂ। ਚਲੋ ਇਸੇ ਤਰ੍ਹਾਂ ਅਸੀਂ ਸਾਰੇ ਮੋਮੋਸ ਰੈਡੀ ਕਰ ਲੈਂਦੇ ਹਾਂ। ਅਤੇ ਹੁਣ ਉੱਧਰ ਮੈਂ ਪਾਣੀ ਉਬਲਣੇ ਧਰਿਆ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਅਤੇ ਪਾਣੀ ਵਿੱਚ ਇੱਕ ਕੌਲੀ ਜਾਂ ਕੁਛ ਵੀ ਰੱਖ ਲਵਾਂਗੇ ਅਤੇ ਉਹਦੇ ਉੱਤੇ ਇੱਕ ਪਲੇਟ ਵਿੱਚ ਮੋਮੋਸ ਪਾ ਕੇ ਰੱਖਾਂਗੇ। ਦੇਖੋ ਇਸ ਤਰ੍ਹਾਂ, ਅਤੇ ਇਹਨਾਂ ਨੂੰ ਇਸ ਤਰ੍ਹਾਂ ਢੱਕ ਕੇ ਕਮ ਸੇ ਕਮ 15-20 ਮਿੰਟ ਤੱਕ ਪਕਾਵਾਂਗੇ। ਦੇਖੋ ਸਾਡੇ ਮੋਮੋਸ ਬਣ ਕੇ ਤਿਆਰ ਹੋ ਗਏ ਨੇ। ਇਸੇ ਤਰ੍ਹਾਂ ਮੈਂ ਵਾਰੀ ਵਾਰੀ ਸਾਰੇ ਮੋਮੋਸ ਤਿਆਰ ਕਰਾਂਗੀ। ਹੁਣ ਇਹ ਵਾਲੇ ਮੋਮੋਸ ਵੀ ਰੱਖਦੇ ਸੀ ਮੈਂ, ਅਤੇ ਦੇਖੋ ਮੈਂ ਸਾਰੇ ਮੋਮੋਸ ਬਣਾ ਕੇ ਤਿਆਰ ਕਰ ਲਏ ਨੇ। ਇਹ ਆਟੇ ਦੇ ਮੋਮੋਸ ਜ਼ਿਆਦਾ ਟਾਈਮ ਨਹੀਂ ਲੈਂਦੇ, ਕਮ ਸੇ ਕਮ 15 ਜਾਂ 20 ਮਿੰਟ ਲੈਂਦੇ ਨੇ, 15-20 ਮਿੰਟ 'ਚ ਤਿਆਰ ਹੋ ਜਾਂਦੇ ਨੇ। ਅਤੇ ਦੇਖੋ ਸੋਸ ਲਗਾ ਕੇ ਮੈਂ ਖਾ ਕੇ ਦੇਖ ਰਹੀ ਹਾਂ, ਬਹੁਤ ਟੇਸਟੀ ਬਣੇ ਆ, ਸੋਸ ਵੀ ਬਹੁਤ ਸਵਾਦ ਬਣੀ ਹੈ। ਅਤੇ ਤੁਸੀਂ ਵੀ ਘਰੇ ਬਣਾ ਕੇ ਖਾ ਕੇ ਦੇਖੋ, ਬਹੁਤ ਹੀ ਯੰਮੀ ਮੋਮੋਸ ਬਣੇ ਨੇ। ਅਤੇ ਚਲੋ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਤੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ ਮੇਰੇ ਚੈਨਲ ਨੂੰ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੀ ਵੀਡੀਓ 'ਤੇ।